ਇਮਰਾਨ ਖਾਨ ਨੂੰ ਤਾਂ ਜੀ ਛੁਰੀ ਫੇਰ ਦੇਣੀ ਚਾਹੀਦੀ, ਫੜ ਕੇ ਨਾ ਇੱਥੇ ਜਿੱਦਾਂ ਗੋਸ਼ਤ ਨਹੀਂ ਕਸਾਈ ਕਰਦੇ, ਇੱਦਾਂ ਟੋਟੇ ਟੋਟੇ ਕਰਕੇ ਨਹਿਰ 'ਚ ਸੁੱਟ ਦੇਣਾ ਚਾਹੀਦਾ। ਇਹ ਕਰਦਾ ਇਹ ਬਸ ਬੁੱਢੀਆਂ ਕਰਨ ਦਿਆ, ਛੱਡਣ ਦਿਆ ਲੋਕਾਂ ਦੀਆਂ ਜਨਾਨੀਆਂ ਕਰ ਕਰਕੇ। ਜਿੰਨਾ 30 ਸਾਲਾਂ 'ਚ ਬਰਬਾਦੀ ਕੀਤੀ ਉਹਨੇ, ਇੱਕ ਸਾਲ ਦੇ ਵਿੱਚ ਕੀ ਬਰਬਾਦੀ ਕਰ ਦਿੱਤੀ ਹੈ ਕਿ ਜਿਹੜੇ ਇਹਦੇ ਚਾਰ ਚੁਫੇਰੇ ਸਾਰੇ ਬੈਠੇ ਨੂੰ ਕਰਪਸ਼ਨ ਤੋਂ ਪਾਕ ਨੇ। ਪਹਿਲੋਂ ਕਰੋ ਜਨਾਬ, ਦੋ ਦੀਆਂ ਨਹਿਰਾਂ ਮੀਆਂ ਸਾਹਿਬ ਪਗਾਉਂਦੇ ਹਾਂ, ਹੁਣ ਬਰਬਾਦ ਕਰਨ ਲੱਗ ਪਏ। ਉਹ ਇੱਕ ਮਸ਼ੀਨਾਂ ਚਲਾ ਕੇ ਭੈਣ ਜੋ ਐਡੀ ਕਰੋੜਾਂਪਤੀ ਕਿੱਥੋਂ ਬਣ ਗਈ ਹੈ? ਸਭ ਤੋਂ ਪਹਿਲੀ ਇਹਦੀ ਕਰਪਸ਼ਨ ਦੀ ਆਫਸ਼ੋਰ ਕੰਪਨੀ ਤੇ ਇਹਦੀ ਪੁਰਾਣੀ ਨਿਕਲੀ ਇਮਰਾਨ ਖਾਨ ਦੀ, ਉਹ ਕਿੱਥੋਂ ਆਈ? ਲੀਮਾ ਖਾਨ ਦਾ ਜਿਹੜਾ ਉਹਨਾਂ ਨੂੰ ਟੈਨਸ਼ਨ ਵਧਾਉਂਦਾ, ਮਰੀਅਮ ਦਾ ਠੀਕ ਸੀ, ਪੂਰੀਆਂ ਸ਼ੂਗਰ ਮਿਲਾਂ ਚੱਲਦੀਆਂ ਹਨ ਪੀਆ। ਜਿਹੜਾ ਘੰਟੇ ਨੂੰ ਜਾਣਾ ਸੀ ਨਾ, ਮਿੰਟ ਨੂੰ ਜਾਏ ਸਾਲਾ। ਦੁਬਈ 'ਚ ਫਿਰ ਲੂੰਬਾਂ ਦਾ ਕਾਰੋਬਾਰ ਚੱਲਦਾ ਨਾ ਪਿਓ ਦਾ, ਅਤੇ ਮਸ਼ੀਨਾਂ ਦਾ ਹੀ ਚੱਲਣਾ, ਦੁਬਈ 'ਚ ਹੀ ਚੱਲਣਾ ਸੀ ਮਸ਼ੀਨਾਂ ਦਾ, ਹੋਰ ਕਿਹੜੇ ਮੁਲਕ 'ਚ ਚੱਲਣਾ ਹੈ? ਉਹ ਬਾਅਦ ਪਾਊਡਰ ਪੀ ਛੱਡਦਾ, ਸੁੰਘ ਛੱਡਦਾ ਅਤੇ ਭੌਂਕ ਛੱਡਦਾ, ਆਲਾ ਆਲਾ ਜੀ, ਕੋਈ ਸਾਬਤ ਕਰੋ। ਓ ਨਵਾਜ਼ ਸ਼ਰੀਫ, ਉਹ ਬੋਲਣ ਦੀ ਤਮੀਜ਼ ਤਾਂ ਸਿੱਖ ਤੂੰ ਬਾਦਸ਼ਾਹੀ ਪਿਆ ਕਰਨਾ। ਇਮਰਾਨ ਖਾਨ ਨੂੰ ਤਾਂ ਜੀ ਛੁਰੀ ਫੇਰ ਦੇਣੀ ਚਾਹੀਦੀ, ਫੜ ਕੇ ਨਾ ਇੱਥੇ ਜਿੱਦਾਂ ਗੋਸ਼ਤ ਨਹੀਂ ਕਸਾਈ ਕਰਦੇ, ਇੱਦਾਂ ਟੋਟੇ ਟੋਟੇ ਕਰਕੇ ਨਹਿਰ 'ਚ ਸੁੱਟ ਦੇਣਾ ਚਾਹੀਦਾ। ਕਿਉਂ ਜਾਣੇ ਇਹਨੂੰ ਕੁਛ ਹੋ ਗਿਆ ਤਾਂ ਫਿਰ ਪਾਕਿਸਤਾਨ ਦੇ ਵਿੱਚ ਹੋਰ ਕੋਈ ਲੀਡਰ ਆਏ ਨਹੀਂ ਜਿਹੜਾ ਗਰੀਬਾਂ ਵਾਸਤੇ ਕੰਮ ਕਰੇ? ਸਾਰੇ ਜੀ ਫੜੇ ਨੇ ਤਾਂ ਫਿਰ ਮੈਂ ਕਿੱਥੋਂ ਲੀਡਰ? ਸਾਰੇ ਜੀ ਫੜ ਕੇ ਅੰਦਰ ਕਰ ਦਿੱਤੇ ਨੇ ਤਾਂ ਲੀਡਰ ਕਿੱਥੋਂ ਆਉਣਾ? ਉਹਨਾਂ ਨੂੰ ਕੀਤਾ ਜਾਂਦੇ ਨੇ ਜਿਹਨੇ ਚੋਰ ਨੇ, ਜਿਹਨਾਂ ਚੋਰੀ ਕੀਤੀ ਤਾਂ ਇਹ ਕਰਨ ਦਿਆ, ਇਹ ਕਰਦਾ ਇਹ ਬਸ ਬੁੱਢੀਆਂ ਕਰਨ ਦਿਆ, ਛੱਡਣ ਦਿਆ ਲੋਕਾਂ ਦੀਆਂ ਜਨਾਨੀਆਂ ਕਰ ਕਰਕੇ। ਇਹਨੂੰ ਤਾਂ ਪਾਕਿਸਤਾਨ ਨੇ ਸਮਝਿਆ ਨਹੀਂ, ਇੰਡੀਆ ਉੱਥੇ ਜਾ ਕੇ ਤਾਂ ਇਹਨੇ ਯੂਰਪ 'ਚ ਸ਼ਾਦੀ ਕੀਤੀ ਹੈ। ਇਹ ਕੋਈ ਕਰਨ ਦਿਆ, ਸਾਰੇ ਤਾਂ ਫੜ ਫੜ ਕੇ ਅੰਦਰ ਕਰਨ ਦਿਆ ਤਾਂ ਫਿਰ ਲੀਡਰ ਕਿੱਥੋਂ ਆਉਣਾ ਜਦੋਂ ਅੰਦਰ ਜੀ ਕਰਦੇ ਨੇ ਸਾਰਿਆਂ ਨੂੰ? ਅੰਦਰ ਆਉਂਦੇ ਚੋਰਾਂ ਨੂੰ ਸਿਰਫ ਕਰਨੇ ਆ ਫਿਰ। ਹਾਂ, ਅਸੀਂ ਵੀ ਚੋਰ ਹੀ ਹਾਂ, ਅਸੀਂ ਉਹਨੂੰ ਵੋਟ ਜੀ ਦਿੱਤੇ ਨੇ, ਅਸੀਂ ਵੀ ਚੋਰ ਹੀ ਹਾਂ, ਸਾਨੂੰ ਫੜੇ, ਅਸੀਂ ਵੀ ਚੋਰ ਹੀ ਹਾਂ, ਉਹਨੇ ਵੋਟ ਜੀ ਦਿੱਤਾ, ਵੋਟ ਦੇ ਕੇ ਲਿਆਏ ਹਾਂ ਤਾਂ ਅਸੀਂ ਵੀ ਚੋਰ ਹੀ ਹਾਂ, ਉਹ ਚੋਰ ਨਹੀਂ ਚੋਰ ਅਸੀਂ ਹਾਂ ਜਿਨ੍ਹਾਂ ਨੇ ਅਸੀਂ ਵੋਟ ਦਿੱਤੇ ਨੇ। ਉਹ ਲੀਡਰ ਠੀਕ ਸਨ ਜਿਹੜੇ ਜੇਲ੍ਹ 'ਚ ਨਵਾਜ਼ ਸ਼ਰੀਫ ਤੇ ਆਪ ਖਾਂਦੇ ਸੀ, ਸਾਨੂੰ ਵੀ ਮਤਲਬ ਦਿੰਦੇ ਸੀ ਨਾ, ਸਾਨੂੰ ਵੀ ਖਵਾਉਂਦੇ ਸੀ ਨਾ, ਠੀਕ ਹੈ? ਇਸ ਤਰ੍ਹਾਂ ਹੀ ਹੈ ਨਾ ਗੱਲ, ਜੇ ਆਪ ਖਾਂਦੇ ਸੀ ਸਾਨੂੰ ਵੀ ਗਰੀਬਾਂ ਨੂੰ ਦਿੰਦੇ ਸੀ। ਅਸੀਂ ਮੇਰੇ ਖਿਆਲ ਇਮਰਾਨ ਖਾਏ ਆਏ, ਨਵਾਜ਼ ਸ਼ਰੀਫ ਆਏ, ਅਸੀਂ ਤਾਂ ਆਪਣੀ ਮਿਹਨਤ ਕਰਕੇ ਖਾਣੀ ਹੈ ਨਾ, ਠੀਕ ਹੈ ਕਿ ਨਹੀਂ? ਸਾਨੂੰ ਕਿਸੇ ਨੇ ਵੀ ਨਹੀਂ ਕੁਛ ਵੀ ਦੇਣਾ। ਅਸੀਂ ਤਾਂ ਇਹਨਾਂ ਨੇ ਜਿਹੜੀ ਜਿੰਨੀ ਮਹਿੰਗਾਈ ਕੀਤੀ ਹੈ ਨਾ, ਉਨੀ ਆਵਾਮ ਦੀ ਤਨਖਾਹ ਵੀ ਵਧੀ ਹੈ, ਉਨੀ ਪੈਨਸ਼ਨ ਵੀ ਵਧੀ ਹੈ। ਉਮੀਦਵਾਰਾਂ ਦੇ ਕਿੱਥੇ, ਉਹਦੇ ਸਾਰੀ ਦਿਹਾੜੀ ਵਿਚਾਰੇ ਖੱਤੇ ਪੁੱਟਦੇ ਨੇ, ਅਤੇ ਜੋ ਲੋਕ ਪੁੜੀਆਂ 'ਚ ਚੀਜ਼ਾਂ ਵੇਚਦੇ ਨੇ, ਸਾਡੀ ਜ਼ਿਮੀਂਦਾਰਾਂ ਤੋਂ ਮੁਨਾਫਾ ਲੈਂਦੇ ਨੇ, ਨਹੀਂ ਕਿ ਤੇਲ ਮਹਿੰਗਾ ਕੀਤਾ, ਹਰ ਚੀਜ਼ ਮਹਿੰਗੀ ਕੀਤੀ, ਕੁਛ ਨਹੀਂ ਕੀਤਾ ਭਰਾ ਇਹਨੇ। ਨਹੀਂ, ਜਿੰਨੇ ਉਹਨਾਂ ਨੇ ਮਹਿੰਗਾਈ ਕੀਤੀ ਉਹਨੇ ਪੈਸੇ ਵੀ ਲੋਕਾਂ ਨੂੰ ਵੱਧ ਲੱਗਦੇ, ਸਾਡੇ ਤਨਖਾਹ ਬੰਦੇ ਨਹੀਂ ਸਾਡੇ ਕੰਮ ਕਰਦੇ ਨੌਕਰੀਆਂ 'ਚ, ਸਾਡੀ ਤਨਖਾਹ ਹੁਣ ਕੀ ਵਧਾ ਨਹੀਂ? ਨਹੀਂ, ਮਜ਼ਦੂਰਾਂ ਦੀ ਮਜ਼ਦੂਰੀ ਵੀ ਵਧਾ ਦਿੱਤੀ ਹੈ, ਵਧਾ ਦਿੱਤੀ ਹੈ ਮਾਂ ਦੀ ਸਰੀ ਇੱਥੇ। ਇਮਰਾਨ ਖਾਨ ਦੀ ਕਾਹਦੀ ਹਕੂਮਤ ਆਈ ਹੈ, ਸਾਰਿਆਂ ਲੋਕਾਂ ਦੀ ਤਾਂ ਜਾਨ ਕੱਢੀ ਕੱਢੀ ਫਿਰਦੇ ਨੇ। ਮੈਂ ਤਾਂ ਨਹੀਂ ਇੱਥੇ ਆਵੇ ਇਮਰਾਨ ਖਾਨ, ਮੈਂ ਤਾਂ ਨਹਿਰ 'ਚ ਸਿੱਟਦਾ ਫੜ ਕੇ। ਕਿਉਂ ਉਹ ਤਾਂ ਮੈਂ ਗਰੀਬਾਂ ਵਾਸਤੇ ਕੰਮ ਕਰ, ਬੜਾ ਗਰੀਬਾਂ ਵਾਸਤੇ ਥੋੜ੍ਹਾ ਵਿਚਾਰਿਆਂ ਦਾ ਕੰਮ ਕਰਨ ਦਿਆ, ਲੋਕ ਪੁੱਛਦੇ ਸਹੀ ਕਿੰਨਾ ਕੁ ਕੰਮ ਇਮਰਾਨ ਖਾਨ ਨੇ ਕੀਤਾ। ਨਹਿਰ 'ਚ ਕਿਉਂ ਸੁੱਟਣਾ ਚਾਹੁੰਦੇ, ਉਹਨੇ ਕੀ ਕੀਤਾ ਹੈ ਇਮਰਾਨ ਖਾਨ ਨੇ? ਕੀ ਕੀਤਾ? ਸਭ ਕੁਛ ਤਾਂ ਕਰਨ ਦਿਆ, ਤੁਹਾਨੂੰ ਨਹੀਂ ਪਤਾ ਕੀ ਕਰਦਾ, ਬਿਹਤਰ ਹੀ ਕਰਨ ਦਿਆ। ਬੜਾ ਸੋਹਣਾ ਬਿਹਤਰ ਕਰਨ ਦਿਆ, ਇੰਨੀ ਤਾਂ ਮਹਿੰਗਾਈ ਕੀਤੀ ਹੈ। ਇੱਕ ਕਿਲੋ ਦਾਲ ਪਿੱਛੇ ਨਾ 60-70 ਰੁਪਈਏ ਕਿਲੋ ਦਾਲ ਪਿੱਛੇ ਮਹਿੰਗਾਈ ਹੋਈ ਹੈ, ਹੈ? ਇਸ ਤਰ੍ਹਾਂ ਹੀ ਹੈ ਨਾ ਗੱਲ, ਸਾਰਿਆਂ ਨੂੰ ਪਤਾ। ਗਰੀਬ ਬੰਦਾ ਕੀ ਕਰੇ, ਮਿਹਨਤ ਮਜ਼ਦੂਰੀ ਨਹੀਂ ਰਹੀ, ਫੈਕਟਰੀਆਂ ਬੰਦ ਹੋ ਗਈਆਂ। ਇੱਕ ਭੈਣ ਮਸ਼ੀਨਾਂ ਚਲਾਉਣ ਦੀ ਅਤੇ ਫੈਕਟਰੀਆਂ ਦੀ ਮਾਲਕਣ ਬਣ ਗਈ, ਅਤੇ ਮਸ਼ੀਨ ਅਸੀਂ ਦਿਨ ਰਾਤ ਇੱਥੇ ਮਜ਼ਦੂਰੀਆਂ ਕਰਨੀਆਂ, ਅਸੀਂ ਤਾਂ ਇੱਕ ਭੈਣ ਜੋ ਸ਼ਾਮ ਨੂੰ ਰੋਟੀ ਨਹੀਂ ਖਾ ਸਕਦੇ। ਉਹ ਇੱਕ ਮਸ਼ੀਨਾਂ ਚਲਾ ਕੇ ਭੈਣ ਜੋ ਐਡੀ ਕਰੋੜਾਂਪਤੀ ਕਿੱਥੋਂ ਬਣ ਗਈ? ਸਭ ਤੋਂ ਪਹਿਲੀ ਇਹਦੀ ਕਰਪਸ਼ਨ ਦੀ ਆਫਸ਼ੋਰ ਕੰਪਨੀ ਤੇ ਇਹਦੀ ਪੁਰਾਣੀ ਨਿਕਲੀ ਇਮਰਾਨ ਖਾਨ ਦੀ, ਉਹ ਕਿੱਥੋਂ ਆਈ? ਉਹ ਤਾਂ ਉਹਨਾਂ ਨੇ ਕ੍ਰਿਕਟ ਤੋਂ ਬਣਾਈ ਸੀ, ਕ੍ਰਿਕਟ ਤੋਂ ਬਣਾਈ, ਉਹ ਤਾਂ ਆਪਾਂ ਪੈਸੇ ਦਿੰਦਾ ਸੀ, ਇਹਦਾ ਪੁੱਤਰ ਬਣਾ। ਧਰਨਾ ਸਹੀ ਹੋ ਰਿਹਾ, ਇਹ ਠੀਕ ਹੋ ਰਿਹਾ? ਜਿਹੜਾ ਘੰਟੇ ਨੂੰ ਜਾਣਾ ਸੀ ਨਾ, ਮਿੰਟ ਨੂੰ ਜਾਏ ਸਾਲਾ। ਲੀਮਾ ਖਾਨ ਦਾ ਤਾਂ ਕਹਿੰਦੇ ਕੋਈ ਸਾਰੇ ਮੁਲਕ ਦੀ ਜੈਗ ਧਾਰੀ ਛੜਿਆ ਇਸ ਬੰਦੇ ਨੇ, ਕਹਿੰਦੇ ਲੀਮਾ ਖਾਨ 'ਤੇ ਕੋਈ ਕਰਪਸ਼ਨ ਸਾਬਤ ਹੀ ਨਹੀਂ ਹੋਈ। ਕੀ ਹੋਰ ਕੀ ਹੋ ਗਈ, ਮਸ਼ੀਨਾਂ ਕਿੱਥੋਂ ਚੱਲਦੀਆਂ ਨੇ? ਤੁਸੀਂ ਚਲਾ ਇਹ ਕਰਦੇ ਹੋ, ਕਿੰਨੀ ਤਨਖਾਹ ਲੈਂਦੇ ਹੋ ਫਿਰ, ਕੀ ਕਰ ਲਿਆ ਜੇ? ਤੁਸੀਂ ਦੁਬਈ 'ਚ ਫਿਰ ਲੂੰਬਾਂ ਦਾ ਕਾਰੋਬਾਰ ਚੱਲਦਾ ਨਾ ਪਿਓ ਦਾ, ਤੇ ਮਸ਼ੀਨਾਂ ਦਾ ਹੀ ਚੱਲਣਾ, ਦੁਬਈ 'ਚ ਹੀ ਚੱਲਣਾ ਸੀ ਮਸ਼ੀਨਾਂ, ਤਾਂ ਹੋਰ ਕਿਹੜੇ ਮੁਲਕ 'ਚ ਚੱਲਣਾ ਹੈ, ਠੀਕ ਹੈ ਨਾ? ਲੀਮਾ ਖਾਨ ਦਾ ਜਿਹੜਾ ਉਹਨਾਂ ਨੂੰ ਟੈਨਸ਼ਨ ਬਣਾਉਂਦਾ, ਮਰੀਅਮ ਦਾ ਠੀਕ ਸੀ, ਪੂਰੀਆਂ ਸ਼ੂਗਰ ਮਿਲਾਂ ਚੱਲਦੀਆਂ ਹਨ ਪਈਆਂ, ਇਹ ਕੀ ਖਿਆਲ ਜੇ? ਮਰੀਅਮ ਨੂੰ ਕਿੰਨੀ ਦੇਰ ਅੰਦਰ ਰੱਖਿਆ ਨੇ, ਕਿੰਨੀ ਦੇਰ ਅੰਦਰ ਰੱਖਿਆ ਨੇ, ਕੀ ਹਿਸਾਬ ਬਹੁਤ ਹੋਇਆ, ਹੈਂ? ਉਹ ਬਾਅਦ ਪਾਊਡਰ ਪੀ ਛੱਡਦਾ, ਸੁੰਘ ਛੱਡਦਾ ਅਤੇ ਭੌਂਕ ਛੱਡਦਾ, ਆਲਾ ਆਲਾ ਜੀ, ਕੋਈ ਸਾਬਤ ਕਰੋ, ਗੱਲ ਹੁੰਦੀ ਹੈ ਸਾਬਤ ਦੀ, ਜਿਹਦੇ ਕੋ ਮੇਰੇ ਕੋਲ ਸ਼ਾਇਦ ਨਹੀਂ ਬਰਾਮਦ ਹੋਈ, ਤੁਸੀਂ ਮੇਰੇ 'ਤੇ ਕਿਵੇਂ ਇਲਜ਼ਾਮ ਲਾ ਲੈਂਦੇ ਹੋ? ਉਹ ਚਵਲ ਕੁੱਤੀ ਟਾਂਡਿਆਂ ਦੀ ਰਾਖੀ ਬੈਠੀ ਹੈ, ਮੌਜਾਂ ਲੈ ਰਹੇ ਨੇ, ਇਹ ਪਾਕਿਸਤਾਨ ਹੈ, ਜਿੰਦਾਬਾਦ।
ਦਿਨ ਰਾਤ ਕੰਮ ਕਰ ਰਹੇ ਨੇ, ਕੋਈ ਛੁੱਟੀ ਵੀ ਨਹੀਂ ਇਮਰਾਨ ਖਾਨ ਦਿਨ ਰਾਤ ਕਰ ਰਿਹਾ, ਕੁੰਗ ਪੀ ਰਿਹਾ ਜਾ ਲੈਂਦਾ। ਚੋਰ ਜਿਹੜਾ ਹੁੰਦਾ ਨਾ ਉਹਨੇ ਰੌਲਾ ਵਾਵੇਲਾ ਕਰਨਾ ਹੀ ਹੁੰਦਾ, ਚੋਰ ਚੋਰ ਹੀ ਨੇ, ਭਾਵੇਂ ਉਹ ਕੁਛ ਵੀ ਹੋ ਜਾਣੇ, ਲੋਕੀ ਕੁਛ ਵੀ ਆਖਣ, ਗਾਲਾਂ ਕੱਢਣ, ਜੋ ਮਰਜ਼ੀ ਕਰਨ, ਚੋਰ ਚੋਰ ਹੀ ਗਲਤ ਹੈ ਨਾ, ਉਹਨੂੰ ਗਲਤ ਕਹਿਣਾ ਚਾਹੀਦਾ। ਘਰ ਚ ਵਿੱਚ ਭਾਵੇਂ ਬਾਪ ਹੈ ਜਾਂ ਭਾਈ ਹੈ ਨਾ, ਉਹਨੂੰ ਗਲਤ ਕਹੋ ਤੂੰ ਗਲਤ ਕੰਮ ਕਰ ਰਿਹਾ, ਤੂੰ ਗਲਤ ਨਹੀਂ ਤੇ ਨਹੀਂ। ਅਗਰ ਠੀਕ ਨੇ ਇਸ ਅਗਡਾ ਨੂੰ ਵਾਪਸ ਆਉਣਾ ਨਹੀਂ ਚਾਹੀਦਾ, ਹਸਨ ਹੁਸੈਨ ਨਵਾਜ਼ ਨੂੰ ਵਾਪਸ ਨਹੀਂ ਆਉਣਾ, ਸਾਰੇ ਹੋਣੇ ਚਾਹੀਦੇ ਨੇ, ਸਾਰੇ ਹੋਣੇ ਚਾਹੀਦੇ ਨੇ। ਲੇਕਿਨ ਉਹਦੇ ਵਿੱਚ ਉਹ ਬਰਾਮਦ ਤੇ ਕਰਨ ਕਿਹੜੀ ਚੀਜ਼ ਤੇ ਉਹਨੂੰ ਅੰਦਰ ਰੱਖਿਆ ਨੇ, ਉਹ ਜਿਹੜੇ ਜੱਜ ਨੇ ਉਹਦੇ ਖਿਲਾਫ਼ ਮੁਕੱਦਮਾ ਦਿੱਤਾ ਸੀ ਉਹਨੂੰ ਬਾਹਰ ਘਰ ਛੱਡਿਆ ਨੇ, ਹੈਂ ਤੇ ਅੱਗੋਂ ਉਹਦਾ ਪਤਾ ਹੀ ਕੋਈ ਨਹੀਂ। ਉਹ ਦੂਜਾ ਇਹ ਚੀਫ ਜਸਟਿਸ, ਮੈਂ ਇੱਥੇ ਡੈਮ ਬਣਾਉਣਾ, ਮੰਜੀ ਡਾਹ ਕੇ ਦਿਨ ਰਾਤ ਬਣਾਉਣਾ, ਉਹ ਕਿੱਥੇ ਵਸਾਲਾ ਹੁਣ ਅੱਜ ਤੱਕ ਉਹਨੂੰ ਲੱਭਣ ਨੂੰ ਬੋਲਣ ਦਾ ਹੀ ਨਹੀਂ ਪਤਾ ਲੱਗਾ। ਮੈਂ ਵਜ਼ੀਰ ਆਜ਼ਮ ਹਾਂ, ਮੁਲਕ ਦਾ ਬਾਦਸ਼ਾਹ ਹਾਂ, ਮੈਂ ਬੋਲਣਾ ਕਿਸ ਤਰ੍ਹਾਂ? ਏਡੀ ਬਦਤਮੀਜ਼ੀ ਨਾਲ ਘਰ ਦਾ ਇੱਕ ਪਿਓ ਬੋਲੇ ਤੇ ਔਲਾਦ ਕਿਸ ਤਰ੍ਹਾਂ ਬੋਲਣਾ? ਉਹਨੇ ਵੀ ਉਂਝ ਹੀ ਬੋਲਣਾ। ਉਹਦੀ ਤਕਰੀਰ ਦੀ ਤੇ ਬੜੀਆਂ ਤਾਰੀਫਾਂ ਹੋ ਰਹੀਆਂ ਨੇ ਇਮਰਾਨ ਖਾਨ, ਓ ਨਵਾਜ਼ ਸ਼ਰੀਫ, ਉਹ ਬੋਲਣ ਦੀ ਤਮੀਜ਼ ਤਾਂ ਸਿੱਖ ਤੂੰ ਬਾਦਸ਼ਾਹ ਹੀ ਪਿਆ ਕਰਨਾ। ਇਸ ਬੰਦੇ ਨੇ ਇੱਕ ਘਰ ਦੇ ਵਿੱਚ ਇੱਕ ਬੀਵੀ ਨਹੀਂ ਸੰਭਾਲਣੀ ਤੇ ਉਹ ਐਡਾ 20-22 ਕਰੋੜ ਆਵਾਮ ਨੂੰ ਕੀ ਸੰਭਾਲਣਾ ਉਸ ਬੰਦੇ? ਹਾਈ ਵਾ ਹੈ ਗੱਲ ਤੇਰੀ ਸਿਆਣੀ ਆ, ਆਪਣੇ ਦਿਮਾਗ ਨਾਲ ਕੀਤੀ ਨਹੀਂ ਆ? ਨਹੀਂ ਮੈਂ ਤੁਹਾਡੇ ਦਿਮਾਗ ਨਾਲ ਕੀਤੀ, ਮੈਂ ਤੇਰੇ ਦਿਮਾਗ ਨਾਲ ਕੀਤੀ ਹੈ, ਠੀਕ ਹੈ? ਤੇ ਯਾਰ ਤੇਰੀ ਸਾਡੀ ਗੱਲ ਹੀ ਕੋ ਨਹੀਂ ਅਸੀਂ ਉਹਨਾਂ ਨਾਲ, ਠੀਕ ਹੈ? ਸਿਆਸਤ ਹੈ, ਸਿਆਸਤ ਨਾਲ ਨਾ ਕਰ ਤੂੰ ਆਪਣੇ ਦਾ ਦਿਮਾਗ ਨਾਲ, ਆਪਣੀ ਸਿਆਸਤ ਹੈ, ਸਿਆਸਤ ਨਹੀਂ ਨਹੀਂ ਸਿਆਸਤ ਯਾਰ, ਤੂੰ ਲੜਨ ਵਾਸਤੇ ਤੇ ਤਿਆਰ ਨਾ ਨਾ ਅਸੀਂ ਲੜਨ ਵਾਸਤੇ ਨਹੀਂ, ਉਹ ਮੇਰੀ ਗੱਲ ਠੀਕ ਹੈ, ਤੂੰ ਆਪਣੀ ਥਾਂ ਲੱਗਾ ਰੋ, ਅਸੀਂ ਆਪਣੀ ਥਾਂ ਲੱਗਿਆ, ਗੱਲ ਮੁੱਕ, ਆਪਣੀ ਆਪਣੀ ਜਮਾਤ ਨੂੰ ਗੱਲ ਖਤਮ। ਭਾਈ ਚੋਰ ਆਦਮੀ ਨੇ ਅੰਦਰ ਡੱਕੇ ਨੇ, ਬਸ ਠੀਕ ਹੈ, ਜੋ ਕੁਛ ਹੋ ਰਿਹਾ ਬੜਾ ਬਿਹਤਰੀਨ ਹੋ ਰਿਹਾ। ਚੋਰ 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 ਮੀਆਂ ਨਵਾਜ਼ ਸ਼ਰੀਫ ਚੋਰ, ਉਹਦੀ ਧੀ ਚੋਰ, ਉਹਦੇ ਭਤੀਜੇ ਚੋਰ, ਉਹਦਾ ਪਿਓ ਚੋਰ, ਹਰ ਸ਼ਹਿ ਭੈਣ ਲਫ਼ਤ ਲਾ ਕੇ ਤੱਕ ਚੋਰ। ਇਮਰਾਨ ਖਾਨ ਦਾ 4 ਦਿਨ ਧਰਨਾ ਰਿਹਾ ਵੇ, ਇਹਨਾਂ ਦਾ ਹੁਣ 2 ਦਿਨ ਦਾ ਧਰਨਾ ਰਿਹਾ, ਇਮਰਾਨ ਖਾਨ ਬਾਂਹ ਵੜ ਗਈ ਹੈ, ਆਹੋ ਇਹ ਤਾਂ ਸੋਚੋ, ਆਹੋ ਇਹਨੇ ਹਰ ਵੇਲੇ ਨਾ ਕੋਈ ਰੁਕਾਵਟ ਨਹੀਂ ਦਿੱਤੀ, ਆਪੇ ਪਹੁੰਚ, ਸਾਰੀਆਂ ਜਮਾਤਾਂ ਦੇ ਇਸ ਬੰਦੇ ਇਕੱਠੇ ਕੀਤੇ ਹਨ, ਉਹ ਕਿਸ ਮਕਸਦ ਲਈ ਇਹਨੇ ਕੀਤੇ ਨੇ? ਉਹ ਤਾਂ ਸਾਰੇ ਚੋਰ ਡਾਕੂ ਸਨ ਨਾ, ਹਰ ਪਾਰਟੀ ਦਾ ਇਹਦੇ ਕੋਲ ਬੰਦਾ, ਪੀਟੀਆਈ ਦਾ, ਪੀਪਲ ਪਾਰਟੀ ਦਾ, ਸਾਰਿਆਂ ਦੇ ਕੋਲ ਕਰਪਸ਼ਨ, ਤੇ ਸਭ ਤੋਂ ਵੱਡੀਆਂ ਕਰਪਸ਼ਨਾਂ ਤੇ ਇਹਨਾਂ ਕੋਲ, ਉਹ ਕਿੱਥੇ ਜਾਂਦੀਆਂ ਨੇ? ਉਹ ਮਾਸੀ ਦੇ ਜਾਂਦੇ ਨੇ ਕਿ ਮੁਲਕ ਟਰੈਕ ਤੇ ਨਾ ਆਏ, ਇਹਨਾਂ ਨੂੰ ਨਹੀਂ ਪਤਾ, ਇਹਨਾਂ ਨੂੰ ਪਤਾ ਕਿ 50 ਰੁਪਈਏ ਨੇ ਖਰਾਬ ਕਰਨ ਵਾਲਾ ਪਠਾਨ ਹੋਇਆ, 50 ਰੁਪਈਏ ਨੇ ਇਹਨਾਂ ਵਿੱਚੋਂ 10 ਸਾਡੇ ਤੋਂ ਲਾਹ ਲੈ, 40 ਆਪ ਹੀ ਖਾ ਲੈ, ਬਸ ਬੱਲੇ 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 ਕੇ ਆਏ ਬਾਤ। ਕੀ ਸਵਾਰਿਆ, ਕੀ ਸਵਾਰਿਆ, ਕੀ ਇਮਰਾਨ ਖਾਨ ਨੇ ਆ ਕੇ ਕੀ ਕੀਤਾ? ਸਭ ਕੁਝ ਜੋ ਵੀ ਆਵੇ, ਜੋ ਵੀ ਆ ਪਾਈ ਆਉਂਦਾ ਸਭ ਕੁਝ, ਨਾਲੇ ਦੀਆਂ ਜੁੱਤੀਆਂ ਚੁੱਕਣੀਆਂ ਕਰਨੀਆਂ ਹਨ, ਖਾਂ ਜੀ ਕਿੱਥੇ ਰੱਖੀਏ? ਤੁਹਾਨੂੰ ਠੁੱਡੇ ਪੈਂਦੇ ਨਸੀਬ ਨਹੀਂ ਹੋਣੇ, ਤੁਸੀਂ ਡੇ ਸਪੋਰਟ ਕਰਨ, ਬਹੁਤ ਸ਼ੁਕਰੀਆ। ਹਾਂਜੀ ਬੈਠੇ ਨੇ ਕਰਪਸ਼ਨ ਚ ਪਾਕ ਨੇ, ਪਹਿਲਾਂ ਇਸ ਚੀਜ਼ ਦਾ ਜਵਾਬ ਦੇਣ ਨਾ ਕਿ ਜਿਹੜੇ ਇਹਦੇ ਚਾਰਜ ਫਿਰ ਸਾਰੇ ਬੈਠੇ ਨੇ ਕਰਪਸ਼ਨ ਚ ਪਾਕ ਨੇ, ਉਹ ਇੱਕ ਫਰਿਸ਼ਤੇ ਨੇ, ਕਿਹਦੇ ਵਿੱਚ ਕਰਪਸ਼ਨ ਨਹੀਂ? ਕਰਪਸ਼ਨ ਉਹਦੇ 'ਚ ਨਹੀਂ ਕਿ ਜਿਹਨੂੰ ਲੱਭੀ ਨਹੀਂ, ਹਰ ਬੰਦਾ ਕਰਪਸ਼ਨ ਕਰਦਾ। ਇਹਦੇ ਨਾਲ ਸਾਡੇ ਨਾਲ ਬੈਸਟ ਟੀਮ ਹੈ, ਕੋਈ ਇਲਜ਼ਾਮ ਨਹੀਂ ਕਿਸੇ ਦੇ, ਸਾਰਿਆਂ ਦਾ ਇਲਜ਼ਾਮ ਨੇ ਕਿਹਦੇ 'ਤੇ ਨਹੀਂ, ਇਹ ਉੱਤੋਂ ਲਾ ਲਿਆ ਕੇ ਨੇ ਬਣਾਏ ਨੇ ਵਜ਼ੀਰ, ਇਸੇ ਦੁਨੀਆ ਤੋਂ ਬਣੇ ਨੇ, ਇਹਨਾਂ ਦੀਆਂ ਪਾਰਟੀਆਂ ਦੇ ਕਰਪਸ਼ਨ ਦੇ ਭਰੇ ਉੱਧਰ ਜਾ ਬੈਠੇ ਨੇ। ਇਹ ਇਮਰਾਨ ਖਾਨ ਦਾ ਸੀ, ਉਹਨੂੰ ਪਰਵੇਜ਼ ਲਾਏ ਨੂੰ ਸਭ ਤੋਂ ਵੱਡਾ ਡਾਕੂ, ਅੱਜ ਉਹਨੂੰ ਸਪੀਕਰ ਬਣਾਇਆ, ਉਹਨੂੰ ਨਹੀਂ ਅੰਦਰ ਦਿੱਤਾ ਇਹਨੇ, ਉਹਨੂੰ ਵੀ ਅੰਦਰ ਦੇਵੇ, ਪਤਾ ਲੱਗੇ ਇਨਸਾਫ ਹੈ। ਮੇਰਾ ਜਿਹੜਾ ਧਰਨਾ ਹੋ ਰਿਹਾ ਸਹੀ ਹੋ ਰਿਹਾ? ਸਹੀ ਹੋ ਰਿਹਾ, ਬਿਲਕੁਲ ਸਹੀ ਹੋ ਰਿਹਾ। ਇਹਨੂੰ ਆਪਣੇ 5 ਸਾਲ ਪੂਰੇ ਨਹੀਂ ਕਰਨੇ ਚਾਹੀਦੇ? ਨਹੀਂ ਕਰਨੇ ਚਾਹੀਦੇ, ਇਹਨੂੰ 1 ਦਿਨ ਵੀ ਨਹੀਂ ਕਰਨਾ ਚਾਹੀਦਾ ਪੂਰਾ, ਬਾਕੀ ਸਾਰਿਆਂ ਨੇ ਪੂਰੇ ਕੀਤੇ ਨੇ, ਇਹਨੂੰ ਵੀ ਕਰਨਾ ਚਾਹੀਦਾ? ਨਹੀਂ ਕਰਨਾ ਚਾਹੀਦਾ, ਪਾਕਿਸਤਾਨ ਬਿਹਤਰ ਨਹੀਂ ਹੋਵੇਗਾ? ਨਹੀਂ ਯਾਰ, ਪਾਕਿਸਤਾਨ ਕਿਉਂ ਨਹੀਂ ਜੀ 5 ਸਾਲ ਪੂਰੇ ਕਰਨੇ ਚਾਹੀਦੇ? ਵਜ੍ਹਾ ਇਹਨੇ ਪਾਕਿਸਤਾਨ ਨੂੰ ਬਰਬਾਦ ਕਰ ਦਿੱਤਾ, ਮਹਿੰਗਾਈ ਬੜੀ ਕਰ ਦਿੱਤੀ, ਅਤੇ ਪਹਿਲੋਂ ਕਰੋ ਜਨਾਬ ਦੋ ਦੀਆਂ ਨਹਿਰਾਂ ਮੀਆਂ ਸਾਹਿਬ ਵਗਾਉਂਦੇ ਹਨ, ਹੁਣ ਬਰਬਾਦ ਕਰਨ ਲੱਗ ਪਿਆ। ਜਿਨ੍ਹਾਂ ਨੂੰ ਡਾਕੂ ਆਖਣ ਵਾਲੇ ਉਹਨਾਂ ਨੂੰ ਸਿਰ 'ਤੇ ਬਿਠਾਏ ਆ ਨੇ, ਉਹਨਾਂ ਨੂੰ ਨਹੀਂ ਅੰਦਰ ਦਿੱਤਾ ਕਿ ਫੜ ਕੇ, ਉਹਨਾਂ ਨੂੰ ਵੀ ਅੰਦਰ ਦੇਣਾ, ਸਾਨੂੰ ਪਤਾ ਲੱਗਿਆ ਇਮਰਾਨ ਖਾਨ ਸਾਫ਼ ਕਰਦਾ ਪਿਆ। ਇਹਨਾਂ ਦੇ ਨਾਲ ਵੀ ਚੋਰ ਡਾਕੂ ਬੈਠੇ? ਬਿਲਕੁਲ ਹੋਣਗੇ, ਜਿਹਨੇ ਜਿਹੜੇ ਚੋਰ ਡਾਕੂ ਨੇ ਹੋਣੇ, ਜਿਹੜੇ ਹੈ ਨੇ, ਅਤੇ ਮੀਆਂ ਸਾਹਿਬ ਕਰੋ ਮਾਮਾ ਜਸ ਜਿਹੜੇ ਕਿ ਚੋਰ ਡਾਕੂ ਸਾਬਤ ਹੋ ਗਏ ਤੇ ਉਹ ਨਹੀਂ ਸਾਬਤ ਪਿਆ ਹੁੰਦਾ, ਮੀਆਂ ਸਾਹਿਬ ਨੂੰ ਤਾਂ ਅਦਾਲਤਾਂ ਜਿਹੜੇ ਡਾਕੂ ਆ ਗਿਆ, ਇਮਰਾਨ ਖਾਨ ਦੇ ਡਾਕੂ ਕਹਿਣ ਨਾਲ ਤਾਂ ਨਹੀਂ ਮੰਨਿਆ। ਕੀ ਖਿਆਲ ਭਾਈ? ਉਹ ਕਹਿੰਦੇ ਜੀ ਨੂਨ ਲੀਗ 'ਚ ਬੜੀ ਬਿਹਤਰੀ ਸੀ ਸਾਰੀ ਚੀਜ਼ਾਂ। ਬਿਲਕੁਲ ਜਨਾਬ, ਚੋਰ ਬਜ਼ਾਰੀ ਤੁੰਨ ਕੇ ਹੀ ਜਿੰਨੀ ਹੋ ਸਕਦੀ ਉਨੀ ਕੋਈ ਕਰ ਲਵੇ, ਹਰ ਚੀਜ਼ 'ਤੇ ਚੋਰ ਬਜ਼ਾਰੀ, ਹਰ ਚੀਜ਼ 'ਤੇ ਚੋਰ ਬਜ਼ਾਰੀ, ਜਿੰਨੀ ਕੋਈ 65 ਰੁਪਈਏ ਤੇਲ ਉਹਨਾਂ ਕਿਵੇਂ ਰੱਖਿਆ ਸੀ, ਡਾਲਰ ਕਿਵੇਂ? 65 ਰੁਪਈਏ ਤੇਲ ਕਦੋਂ ਵੀ ਮੇਰੇ 1 ਦਿਨ ਵੀ ਦੱਸ ਛੱਡ ਕੇ 65 ਰੁਪਈਏ ਤੇਲ ਪਾਕਿਸਤਾਨ ਦੇ ਵਿੱਚ ਹੋਇਆ ਮੀਆਂ ਦੇ ਦੌਰ 'ਚ।
ਅਸੀਂ ਆਪ ਬਾਲ ਦੇ ਰਹੇ 64 ਰੁਪਏ ਲੈ ਕੇ ਮੋਟਰਸਾਈਕਲਾਂ 'ਚ ਪਵਾਉਂਦੇ ਰਹੇ ਹਾਂ। ਅਸਾਂ 130 ਰੁਪਏ ਅੱਜ ਤੱਕ ਨਹੀਂ ਡੀਜ਼ਲ ਬਾਲਿਆ, 35 ਨਹੀਂ ਬਾਲਿਆ, ਹੁਣ ਡੀਜ਼ਲ ਜਿਹੜਾ 135 ਬਾਲਨੇ ਆ ਵੇ। ਆਟਾ ਜਿਹੜਾ ਵੇਖੋ ਤੁਸੀਂ ਉਹ ਕਿੱਥੇ ਟੁਰ ਗਿਆ। ਚਲੋ ਜੀ, ਮਸਨੂਈ ਤਰੀਕੇ ਦਾ ਸਾਨੂੰ ਨਹੀਂ ਪਤਾ ਕਿ ਕੀ ਸੀ ਉਹ। ਜਿਹੜਾ ਇਸਲਾਮਾਬਾਦ ਦੀ ਧਰਨਾ ਹੋ ਰਿਹਾ, ਪਾਕਿਸਤਾਨ ਦੀ ਬਿਹਤਰੀ ਵਾਸਤੇ ਜਾਂ ਪਾਕਿਸਤਾਨ ਨਾਲ ਦੁਸ਼ਮਣੀ? ਪਾਕਿਸਤਾਨ ਨਾਲ ਦੁਸ਼ਮਣੀ ਹੈ ਜਨਾਬ, ਹੋਰ ਕੀ ਹੈ, ਕੀ ਹੈ ਧਰਨੇ ਦਾ ਕੀ ਮਕਸਦ ਹੈ? ਕੋਈ ਮਕਸਦ ਨਹੀਂ ਧਰਨੇ ਦਾ, ਉਹਨੇ ਮਕਸਦ ਇਹ ਕਿ ਗਰੀਬਾਂ ਦਾ ਜਿਹੜਾ ਬੁਰਾ ਹਾਲ ਹੋ ਗਿਆ, ਹਰ ਚੀਜ਼ ਮਹਿੰਗੀ ਹੋ ਗਈ, ਪੈਟਰੋਲ ਡਾਲਰ ਸਾਰੀਆਂ ਚੀਜ਼ਾਂ ਮਹਿੰਗੀਆਂ। ਪਰ ਭਾਈ ਜੀ, ਪੈਟਰੋਲ ਡੀਜ਼ਲ ਮਤਲਬ ਹਰ ਚੀਜ਼ ਮਹਿੰਗੀ ਹੋ ਗਈ, ਇਹ 'ਚ ਕੋਈ ਸ਼ੱਕ ਨਹੀਂ, ਪਰ ਇਹ ਮਹਿੰਗਾਈ ਪਿਛਲਿਆਂ ਨੇ ਕੀਤੀ ਹੋਈ ਜਿਹੜੀ ਅੱਗੇ ਹੁਣ ਆ ਕੇ ਖੁੱਲ੍ਹ ਕੇ ਸਾਹਮਣੇ ਆਈ ਹੈ। ਬਾਕੀ ਚੋਰ ਬਜ਼ਾਰੀ ਇਹਨਾਂ ਲਾਏ ਸੀ, ਹੁਣ ਜ਼ਰਾ ਉਹਨੇ ਪਰਦਾ ਫਾਸ਼ ਕੀਤਾ ਤੇ ਇਹਨਾਂ ਲੋਕਾਂ ਨੂੰ ਇਤਰਾਜ਼ ਹੋਣ ਲੱਗ ਪਏ। ਸਬਰ ਕਰਨਾ ਚਾਹੀਦਾ, ਥੋੜ੍ਹੀ ਦੇਰ ਇੰਤਜ਼ਾਰ ਕਰਨਾ ਚਾਹੀਦਾ, ਮੌਕਾ ਦੇਣਾ ਚਾਹੀਦਾ, ਟਾਈਮ ਮਿਲਣਾ ਚਾਹੀਦਾ। ਉਹਨੇ ਇੱਕ ਸਾਲ 'ਚ ਇਹਨੇ ਬਰਬਾਦੀ ਇੰਨੀ ਕਰ ਦਿੱਤੀ, 4 ਸਾਲਾਂ 'ਚ ਤੇ ਇਹਨੇ ਮੁਲਕ ਵੇਚ ਦੇਣਾ। ਅਤੇ ਜਿਹਨਾਂ 30 ਸਾਲਾਂ 'ਚ ਇਹ ਬਰਬਾਦੀ ਕੀਤੀ, ਉਹਨੇ ਇੱਕ ਸਾਲ ਦੇ ਵਿੱਚ ਕੀ ਬਰਬਾਦੀ ਕਰ ਦਿੱਤੀ ਹੈ? ਆਖਰ ਇਹਨਾਂ 30 ਸਾਲਾਂ ਵਿੱਚ ਮੁਲਕ ਦਾ ਕਿੱਥੇ ਪਹੁੰਚਾਇਆ ਨੇ? ਅਤੇ ਉਹਨੇ ਆ ਕੇ ਸੱਚ ਨੂੰ ਸਾਹਮਣੇ ਰੱਖ ਦਿੱਤਾ, ਅਤੇ ਹੁਣ ਲੋਕ ਪਿੱਟਣ ਲੱਗ ਪਏ ਨੇ ਕਿ ਮਹਿੰਗਾਈ ਬੜੀ ਹੋ ਗਈ। ਤੁਸੀਂ ਕਹਿੰਦੇ 30 ਸਾਲਾਂ 'ਚ ਬਰਬਾਦੀ ਹੋਈ ਹੈ, ਅਸਨ ਇਕਬਾਲ ਦਾ ਕੱਲ੍ਹ ਬਿਆਨ ਸੀ ਕਿ ਅਸੀਂ ਹੱਸਦਾ ਬਸਦਾ ਪਾਕਿਸਤਾਨ ਛੱਡਿਆ ਸੀ, ਐਡੀ ਮੁਸ਼ਕਲ ਨਾਲ ਸਾ ਪਾਕਿਸਤਾਨ ਨੂੰ ਪੈਰਾਂ 'ਤੇ ਖੜਾ ਕੀਤਾ ਸੀ, ਇਹਨੇ ਅੱਗ ਬਰਬਾਦ ਕਰ। ਪਰ ਭਾਈ, ਕੋਈ ਹੱਸਦਾ ਵਾਸਤਾ ਨਹੀਂ ਛੱਡਿਆ, ਬਸ ਇਹਦੇ ਇੱਕ ਬਨਾਵਟੀ ਗੱਲਾਂ ਨੇ, ਹੱਸਦਾ ਵਾਸਤਾ ਹੁੰਦਾ ਤਾਂ ਅੱਜ ਵੀ ਲੋਕ ਹੱਸੇ ਵਾਸਤੇ ਹੁੰਦੇ, ਅੱਜ ਉਹਨੇ ਆ ਕੇ ਕੀ ਤਬਾਹ ਕਰ ਦਿੱਤਾ, ਇਹਨਾਂ ਚੋਰਾਂ ਨੂੰ ਡਾਕੂਆਂ ਨੂੰ ਫੜ ਕੇ ਅੰਦਰ ਦੇ ਲਿਆ ਸੋ, ਅਤੇ ਇਸੇ ਵਾਸਤੇ ਬਰਬਾਦੀ ਸ਼ੁਰੂ ਹੋ ਗਈ ਹੈ। ਉਹਨੇ ਚੋਰੀ ਕੋਈ ਸਾਬਤ ਤਾਂ ਕਰ ਸਕਦਾ ਨਹੀਂ ਪਿਆ, ਅਤੇ ਚੋਰੀ ਸਾਬਤ ਹੋਰ ਕਿਸ ਤਰ੍ਹਾਂ ਹੋਣੀ ਹੈ? 2 ਸਾਲ ਤੋਂ ਹੋ ਗਏ ਨੇ, ਇਹਨਾਂ ਨੂੰ ਪ੍ਰੂਫ ਹੀ ਕੋਈ ਨਹੀਂ ਦਿੰਦੇ, ਕੋਈ ਕਾਗਜ਼ ਨਹੀਂ ਵਹਾਉਂਦੇ, ਕੋਈ ਆਪਣਾ ਦੱਸ ਦੇ ਨਹੀਂ, ਕੋਈ ਸ਼ਹਿਰ ਮਤਲਬ ਇਹਨਾਂ ਨੇ ਪ੍ਰੂਫ ਕਰਨਾ ਕਿ ਸਾਡੀ ਜਾਇਦਾਦ ਠੀਕ ਚੱਲਦੀ ਜਾਂ ਇਮਰਾਨ ਖਾਨ ਨੇ? ਬਿਲਕੁਲ ਇਹਨਾਂ 'ਤੇ ਪ੍ਰੂਫ ਹੁੰਦਾ ਨਾ, ਅਦਾਲਤ ਨੇ ਤਾਂ ਆਖਿਆ ਕਿ ਤੁਸੀਂ ਪ੍ਰੂਫ ਕਰੋ ਕਿ ਸਾਡੀਆਂ ਲੀਗਲ ਪੈਸੇ। ਇਸਲਾਮਾਬਾਦ ਦੇ ਅੰਦਰ ਜਿਹੜਾ ਧਰਨਾ ਹੋ ਰਿਹਾ, ਪਾਕਿਸਤਾਨ ਦੀ ਬਿਹਤਰੀ ਵਾਸਤੇ ਵੀ ਜਾਂ ਪਾਕਿਸਤਾਨ ਨਾਲ ਦੁਸ਼ਮਣੀ? ਬਿਹਤਰੀ ਵਾਸਤੇ, ਬਿਹਤਰੀ ਵਾਸਤੇ, ਹਾਂਜੀ। ਲੇਕਿਨ ਕਈ ਲੋਕ ਤਾਂ ਕਹਿ ਰਹੇ ਨੇ ਦੁਸ਼ਮਣੀ ਬਸ ਇਸੇ ਤਰ੍ਹਾਂ ਜੇ ਕੋਈ PTI ਵਾਲੇ, ਕੋਈ ਬਸ ਨੂਨ ਲੀਗ ਵਾਲੇ, ਬਸ ਇਸ ਤਰ੍ਹਾਂ ਨੂਨ ਲੀਗ PTI ਦਾ ਹਟ ਕੇ ਤੁਸੀਂ ਸੋਚੋ, ਹਾਂਜੀ, ਕਿ ਵਾਕਈ ਗਰੀਬਾਂ ਵਾਸਤੇ ਨਿਕਲੇ ਨੇ? ਬਿਲਕੁਲ ਗਰੀਬਾਂ ਵਾਸਤੇ ਨਿਕਲੇ, ਇਸ ਤੋਂ ਪਹਿਲਾਂ ਬਿਹਤਰ ਸੀ, ਇਸ ਤੋਂ ਪਹਿਲਾਂ ਬਿਹਤਰ, ਹਾਂਜੀ। ਕਿਹਦੇ ਦੌਰ 'ਚ? ਨਵਾਜ਼ ਸ਼ਰੀਫ ਦਾ ਦੌਰ, ਹਾਂਜੀ। ਅਤੇ ਪੂਰੇ ਜ਼ਿਲ੍ਹੇ ਮਤਲਬ ਸਾਡੇ ਇਲਾਕੇ ਸਿਆਲਕੋਟ 'ਚ ਮਤਲਬ ਹੋਈ ਵੀ ਨਹੀਂ ਨੂਨ ਲੀਗ, PTI ਆ, ਹਾਂਜੀ, ਹੋਈ ਵੀ ਨੂਨ ਲੀਗ ਇੱਥੋਂ। ਮੁਤਮੈਨ ਹਾਲੀ ਤੱਕ ਮੁਤਮੈਨ? ਹਾਂਜੀ, ਅਸੀਂ ਮੁਤਮੈਨ ਨੂੰ। ਇਹਦੇ ਨੇ ਅਸਾਂ ਉਹਨਾਂ ਦੀ ਚੋਰੀ ਸਾਬਤ ਕਰ ਦਿੱਤੀ ਇਹਨੇ? ਨਹੀਂ ਜਨਾਬ, ਚੋਰੀ ਸਾਬਤ ਹੋਈ ਨਹੀਂ ਅੱਜ ਤੱਕ, ਐਵੇਂ ਗੱਲਾਂ ਨੇ ਬਸ। ਅਤੇ ਜਿਹੜੇ ਉਹਨਾਂ ਨੂੰ ਕਹਿੰਦੇ ਨੇ ਕਿ ਕਰਪਸ਼ਨ ਕਰਦੇ ਰਹੇ ਨੇ, ਕਰਪਸ਼ਨ ਤਾਂ ਵੇਖੋ ਜੀ, ਘਰ ਦੇ ਵਿੱਚ 5 ਜੀਰ ਬੱਚੇ ਨੂੰ ਇਕੱਲੀ ਸਬਜ਼ੀ ਦੇਣ 'ਤੇ ਉਹ ਵੀ 10 ਰੁਪਏ ਦੀ ਕਰਪਸ਼ਨ ਕਰਦਾ ਉਹ।